सो अगलिया स्क्रैप बुक्स आ गई, देखोगे किताबों का एक एक पेज तुहाडे अंदरों अश अश करके निकलोंगे कि एडे वड्डे वड्डे गुण जे कितें बच्चों च भर दईए तो संचार मनुखां दा काफला खड़ा कर सकते। स्क्रैप बुक्स अजकल ना आपां स्कूलों में बहुत चलता कि स्टेशनरी दुकान पर जाओ चार्ट मिल जाते हैं गुड हैबिट्स के फ्रीडम फाइटर्स के कॉइन्स के किचन आइटम के आप कटा के लवाने जी बच्चे असाइनमेंट बना के दें दो किताबा ने असी वो समान भी पिछे ही दे दिता नाल ही वो सानू बाहरों भी लेना पैंदा क्योंकि जिहड़ा समान असी देना चाहुंदे बाहरों मिलना नहीं कितों। हुण गुड हैबिट्स की ने आ साडियां गुड हैबिट्स ने उठदे आ सार परमात्मा नू याद करना प्रशादा छकन तो पहला परमात्मा नू याद करना यह किसी गुड हैबिट वाले स्टेशन से मिलते चार्ट भी नहीं है एक्सरसाइज करनी सो ये चीज़ा गुड हैबिट फिर ग्रोथ ऑफ प्लांट आ गई फिर गुरुद्वारा साहब किहड़ियां आइटम्स लोड़ियां ने यह भी असी पिछे आइटम दित्तियां बच्चे ने कट के जोड़नियां ने तुहाडी स्क्रैप की एक्टिविटी हो गई नाल असी उन्हूं गल कह दी पर यह किताब भी डिविंटी की किताब नहीं है सोशल साइंस की किताब अगे असी उन्हूं अंडरग्राउंड वैजिटेबल पढ़ा दित्तियां एक चैप्टर आ गया असी उन्हूं मटार गुरु भी पढ़ा दते असी उन्हूं चाइल्ड मटार भी पढ़ा दते किहड़े बच्चे हुण देखो ये देखेगा कि मोती मेहरा जी का बच्चा तुसीं देखो किड्डी कुरबानी है मोती मेहरा जी की उन्हां दे बच्चे नूं कोल्हू दे विचों दी पीड़ दित्ता गया जिवें तेल की कहानी कढ़ी दी है ना देखो किन्ना उन्हां लोकां दा सी एस सी नूं देखो कि गुरु गोबिंद सिंह प्रति मुसलमान होण हिंदू होण गैर होण उन्हां दा किन्ना चाह चढ़िया होया सी उन्हां नूं सूबा सरहंद ने ढंडोरा पटा दिता सी कि जिन्हें भी गुरु साहब के परिवार की सहायता की उहदे परिवार नूं कोल्हू विचों पीड़ दित्ता गया सी ਇਹ ਗੱਲ ਦਾ ਮੋਤੀ ਮਹਿਰਾ ਜੀ ਨੂੰ ਪਹਿਲਾਂ ਹੀ ਪਤਾ ਸੀ ਇਹ ਨਹੀਂ ਕਿ ਬਾਅਦ 'ਚ ਪਤਾ ਲੱਗਿਆ ਇਹਦਾ ਢਿੰਡੋਰਾ ਪਿੱਟ ਦਿੱਤਾ ਗਿਆ ਸੀ ਪਰ ਮੋਤੀ ਮਹਿਰਾ ਜੀ ਨੇ ਫੈਸਲਾ ਕੀਤਾ ਕਿ ਕੋਈ ਗੱਲ ਨਹੀਂ ਮੇਰੇ ਪਰਿਵਾਰ ਨੂੰ ਕੋਲੂ ਵਿੱਚੋਂ ਪੀੜ ਦਿਆ ਪੀੜ ਲੈਣ ਦਿਓ ਪਰ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਮੈਂ ਕਰੂੰਗਾ ਸੋ ਇਹ ਬਾਲ ਮਰਟਾਇਰ ਜਦੋਂ ਬੱਚੇ ਪੜ੍ਹਨਗੇ ਨਾ ਕਿ ਗੁਰੂ ਗੋਬਿੰਦ ਸਿੰਘ ਪ੍ਰਤੀ ਹਿੰਦੂਆਂ ਦਾ ਮੁਸਲਮਾਨਾਂ ਦਾ ਕਿੰਨਾ ਪਿਆਰ ਸੀ ਤਾਂ ਅਸੀਂ ਇੱਕ ਕਾਫਲਾ ਮੁੜ ਤੋਂ ਖੜ੍ਹਾ ਕਰ ਦੇਵਾਂਗੇ ਸੱਚਾਰ ਮਨੁੱਖਾਂ ਦਾ ਜਿਹੜੇ ਸਮਾਜ ਨੂੰ ਮੁੜ ਤੋਂ ਸੁਰਜੀਤ ਕਰ ਸਕਦੇ ਨੇ ਸੋ ਇਹ ਸਕ੍ਰੈਪ ਬੁੱਕ। ਅੱਛਾ ਹੁਣ ਐਵੋਲਿਊਸ਼ਨ ਆ ਗਿਆ ਜਿੱਦਾਂ ਮੈਂ ਤੁਹਾਨੂੰ ਗੱਲ ਕਰਕੇ ਆਇਆ ਨਾ ਉਹ ਆਪਾਂ ਬੋਡੀ ਪਾਰਟਸ ਪੜ੍ਹਾਉਂਦੇ ਹਾਂ ਕਿ ਬੰਦਾ ਕਲੀਨ ਸ਼ੇਵ ਕਰ ਦਿੰਦੇ ਹਾਂ ਉਹਦੇ ਬੋਡੀ ਪਾਰਟ ਪੜ੍ਹਾਉਣ ਲੱਗ ਪੈਂਦੇ ਹਾਂ ਇਹ ਪੜ੍ਹੇ ਲਿਖੇ ਮੂਰਖਾਂ ਵਾਲੀ ਗੱਲ ਹੁੰਦੀ ਹੈ। ਹੁਣ ਅਸੀਂ ਡਾਰਵਿਨ ਦੀ ਥਿਊਰੀ ਜਦੋਂ ਕਿਤਾਬਾਂ 'ਚ ਪੜ੍ਹਾਉਂਦੇ ਹਾਂ ਇੱਥੇ ਸਾਇੰਸ ਦੇ ਅਧਿਆਪਕ ਬੈਠੇ ਹੋਣੇ ਆ ਜਿਹੜੇ ਨਹੀਂ ਸਾਇੰਸ ਦੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਡਾਰਵਿਨ ਕੀ ਕਹਿੰਦਾ ਥਿਊਰੀ ਆਫ ਐਵੋਲਿਊਸ਼ਨ ਹੈ ਨਾ ਉਹਨੇ ਬਾਂਦਰ ਦੀ ਪੂੰਛ ਲਾਹੀ ਹੈ ਕਿਉਂ ਜੀ ਇੱਦਾਂ ਹੀ ਹੈ ਨਾ ਪੂੰਛ ਲੈ ਗਈ ਪਰ ਉਹਨੇ ਕੇਸ ਤਾਂ ਨਹੀਂ ਲਾਹੇ ਕਿ ਲਾਹਤੇ ਉਹਨੇ ਡਾਰਵਿਨ ਦੀ ਥਿਊਰੀ ਆਫ ਐਵੋਲਿਊਸ਼ਨ ਦਾ ਕੀ ਇਹ ਪਾਰਟ ਹੈ ਕਿ ਕੇਸ ਲੈ ਗਏ ਡਾਰਵਿਨ ਤਾਂ ਖੁਦ ਕੇਸਾਧਾਰੀ ਸੀਗਾ ਕਿ ਡਾਰਵਿਨ ਦੀ ਥਿਊਰੀ ਵੀ ਜਿਹੜੀ ਫਿਫਥ ਸਟੇਜ ਦਿਖਾਉਣੀ ਕਿ ਬੰਦਾ ਕਲੀਨ ਸ਼ੇਵ ਦਿਖਾ ਦੇਣਾ ਇਹ ਡਾਰਵਿਨ ਦੀ ਥਿਊਰੀ ਨਾਲ ਸੰਬੰਧ ਨਹੀਂ ਰੱਖਦੀ ਵੀ ਮਸਟ ਬੀ ਰੀਅਲਿਸਟਿਕ ਜੇ ਡਾਰਵਿਨ ਦੀ ਥਿਊਰੀ ਨਾਲ ਰੱਖਦੀ ਹੁੰਦੀ ਤਾਂ ਇੱਕ ਕਲੀਨ ਸ਼ੇਵ ਬੰਦੇ ਨਾਲ ਜਦੋਂ ਬੱਚਾ ਜੰਮਦਾ ਜੇ ਪੰਜ ਪੁਸ਼ਤਾਂ ਤੋਂ ਕਲੀਨ ਸ਼ੇਵ ਹੋ ਰਿਹਾ ਤਾਂ ਛੇਵੀਂ ਪੁਸ਼ਤ ਦੇ ਬੱਚੇ 'ਤੇ ਦਾੜੀ ਨਹੀਂ ਆਉਣੀ ਚਾਹੀਦੀ ਤਾਂ ਇਹ ਡਾਰਵਿਨ ਦੀ ਥਿਊਰੀ ਬਣ ਜਾਂਦੀ ਪਰ ਇੱਦਾਂ ਨਹੀਂ ਹੋ ਰਿਹਾ ਇਹ ਗੱਲ ਡਾਰਵਿਨ ਦੀ ਥਿਊਰੀ 'ਚ ਫਿੱਟ ਹੀ ਨਹੀਂ ਹੋ ਰਹੀ ਤੁਸੀਂ ਡਾਰਵਿਨ ਦੀ ਥਿਊਰੀ ਪੜ੍ਹਾਉਣ ਲੱਗਿਆਂ ਇਸ ਪੰਜਵੇਂ ਫੇਜ਼ ਨੂੰ ਕਲੀਨ ਸ਼ੇਵ ਕਰਨਾ ਸਾਇੰਸ ਦੇ ਨਾਲ ਅਨਿਆਇ ਹੈ ਜਿਹੜਾ ਕਿ ਹੋ ਰਿਹਾ ਉਹਨੂੰ ਅਸੀਂ ਖਤਮ ਕੀਤਾ ਹੈ ਕਿ ਇਹ ਬੰਦਾ ਇਹ ਦੇਖੋ ਇੱਕ ਗੱਲ ਹੋਰ ਮੈਂ ਇੱਥੇ ਕਹਿੰਦਾ ਗਾਹਾਂ ਲੰਘ ਜਾਵਾਂ ਹਿੰਦੂ ਵੀਰ ਸਾਰੇ ਕੇਸਾਧਾਰੀ ਹੋਇਆ ਕਰਦੇ ਸਨ ਮੁਸਲਮਾਨ ਵੀ ਕੇਸਾਧਾਰੀ ਹੋਇਆ ਕਰਦੇ ਸਨ ਈਸਾਈ ਵੀਰ ਵੀ ਕੇਸਾਧਾਰੀ ਹੋਇਆ ਕਰਦੇ ਸਨ ਬਾਈਬਲ ਦੇ ਵਿੱਚ ਕੇਸਾਂ ਦੀ ਮਹਾਨਤਾ ਉੱਤੇ ਬਕਾਇਦਾ ਇੱਕ ਕੈਪਸ਼ਨ ਹੈ ਇੱਕ ਚੈਪਟਰ ਹੈ ਰਿਗ ਵੇਦ ਦੇ ਵਿੱਚ ਕੇਸਾਂ ਦੇ ਉੱਤੇ ਇੱਕ ਬਹੁਤ ਵੱਡਾ ਚੈਪਟਰ ਮੁਹੰਮਦ ਸਾਹਿਬ ਦੇ ਕੇਸ ਮੁਸਲਮਾਨਾਂ ਵੀਰਾਂ ਲਈ ਜਾਨ ਤੋਂ ਵੀ ਵੱਧ ਪਿਆਰੇ ਨੇ ਕੇਸ ਇਸੇ ਕਰਕੇ ਪਿਆਰੇ ਨੇ ਕਿ ਮੁਹੰਮਦ ਸਾਹਿਬ ਨੇ ਕੇਸ ਰੱਖੇ ਹੋਏ ਸੀ ਸੋ ਕੇਸਾਂ ਦੀ ਗੱਲ ਹਿੰਦੂ ਵੀਰਾਂ ਦੇ ਪੁਰਖਿਆਂ ਨੇ ਵੀ ਸੰਭਾਲੀ ਹੈ ਮੁਸਲਮਾਨ ਵੀਰਾਂ ਦੇ ਪੁਰਖਿਆਂ ਨੇ ਵੀ ਸੰਭਾਲੀ ਹੈ ਈਸਾ ਮਸੀਹ ਜੀ ਨੇ ਵੀ ਸੰਭਾਲੀ ਹੈ ਇਹਨੂੰ ਪਤਾ ਨਹੀਂ ਕਦੋਂ ਕਿਹੜੇ ਲੋਕਾਂ ਨੇ ਕਿਵੇਂ ਇਹਨੂੰ ਕਰ ਦਿੱਤਾ ਦਿਸ ਇਜ਼ ਆਲਸੋ ਡੀ ਐਵੋਲਿਊਸ਼ਨ ਆਫ ਦਾ ਸੁਸਾਇਟੀ ਜਦੋਂ ਹਿੰਦੂ ਵੀਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਪੁਰਖਾਂ ਨੇ ਤਾਂ ਕੇਸਾਂ ਨੂੰ ਸੰਭਾਲਿਆ ਸਾਨੂੰ ਕਿਉਂ ਦੱਸਿਆ ਕਿਉਂ ਨਹੀਂ ਗਿਆ ਸੋ ਇਹਦੇ ਉੱਤੇ ਵੀ ਬੜੀ ਵੱਡੀ ਰਿਸਰਚ ਦੀ ਲੋੜ ਹੈ ਕਿਸੇ ਵੇਲੇ ਮੈਂ ਤੁਹਾਡੇ ਨਾਲ ਇਸ ਦੇ ਵਿਸ਼ੇ 'ਤੇ ਵੱਖਰੀ ਗੱਲ ਕਰਾਂਗਾ ਸੋ ਕੇਸਾਂ ਦੀ ਸੰਭਾਲ ਇੱਕ ਰੱਬੀ ਸੰਭਾਲ ਹੈ ਔਰ ਥਿਊਰੀ ਆਫ ਐਵੋਲਿਊਸ਼ਨ 'ਚ ਅਸੀਂ ਇਸ ਗੱਲ ਨੂੰ ਸਾਊਂਡਲੀ ਕਿਹਾ ਕਿ
डिवेलप्ड जिहड़ा मनुख हैगा बांदर तो मनुख बनिया आदमी उहदे केस साबित सूरत स्कॉलर असीं इस किताब च पढ़ा दित्ते आत्म परगास।